प्यारे विद्यार्थियों सत श्री अकाल मिशन नैस 2021 दी तैयारी ਲਈ प्यारे बच्चों ਅੱਜ ਅਸੀਂ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਮਾਤ 5ਵੀਂ ਲਈ ਤਿਆਰ ਕੀਤੀ ਅਭਿਆਸ ਸ਼ੀਟ 9 ਦਾ ਅਭਿਆਸ ਕਰਾਂਗੇ ਪਹਿਲਾ ਵਿਸ਼ਾ ਹੈ ਸਾਡਾ ਅਗਨਿਤ ਪ੍ਰਸ਼ਨ ਪਹਿਲਾ ហេਠਾਂ ਦਿੱਤੀ ਕਿਹੜੀ ਸੰਖਿਆ ਨਾਲ ਭਿੰਨ ਦੇ ਸਾਰੇ ਰੂਪਤਲ ਹੋ ਜਾਣਗੇ ਪਿਆਰੇ ਬੱਚਿਓ ਇਹ ਸਾਨੂੰ ਭਿੰਨਾਂ ਦਿੱਤੀਆਂ ਹਨ ਇਹਨਾਂ ਦੇ ਚਾਰ ਵਿਕਲਪ ਹਨ ਅੰਸ਼ ਸਾਨੂੰ ਦਿੱਤਾ ਹੋਇਆ ਹੈ ਹਰ ਅਸੀਂ ਲੱਭਣਾ ਹੈ ਉਹ ਵੀ ਇਹਨਾਂ ਭਿੰਨਾਂ ਦੇ ਤੁਲ ਪਿਆਰੇ ਬੱਚਿਓ ਅਸੀਂ ਦੇਖਿਆ ਇਹ ਅੱਧਾ ਹੈ 1/2 ਇਹ ਸਾਰੀਆਂ ਭਿੰਨਾਂ 2/4 ਭਾਵ 4 ਦਾ ਅੱਧਾ 2 ਇਹ ਅੱਧਾ ਹੈ 6 ਦਾ ਅੱਧਾ 3 8 ਦਾ ਅੱਧਾ 4 10 ਦਾ ਅੱਧਾ 5 ਭਾਵ ਇਹਨਾਂ ਨੂੰ ਅਸੀਂ 2 ਨਾਲ ਗੁਣਾ ਕਰਕੇ ਦੇਖ ਸਕਦੇ ਹਾਂ 5 ਦੁਨੀ 10 ਇਸੇ ਤਰ੍ਹਾਂ 36 ਦੁਨੀ 72 ਸਾਡਾ ਸਸਾ ਵਿਕਲਪ ਸਹੀ ਉੱਤਰ ਹੈ ਦੂਜਾ ਸਵਾਲ ਹੇਠਾਂ ਦਿੱਤੇ ਚਿਮਟੇ ਨੂੰ ਦੇਖੋ ਚਿਮਟੇ ਵਿੱਚ ਕਿਸ ਤਰ੍ਹਾਂ ਦਾ ਕੋਣ ਬਣ ਰਿਹਾ ਹੈ ਪਿਆਰੀ ਬੱਚਿਓ ਚਾਰ ਵਿਕਲਪ ਇਸ ਦੇ ਸਾਨੂੰ ਦਿੱਤੇ ਹਨ ਚਿਮਟਾ 90 ਡਿਗਰੀ ਦੇ ਕੋਣ ਨੂੰ ਅਸੀਂ ਸਮਕੋਣ ਕਹਿੰਦੇ ਹਾਂ ਸਮਕੋਣ ਤੋਂ ਛੋਟਾ ਕੋਣ ਨਿਊਨ ਕੋਣ ਹੁੰਦਾ ਹੈ ਅਗਰ ਇਹ ਸਮਕੋਣ ਹੁੰਦਾ ਤਾਂ 90 ਡਿਗਰੀ ਦਾ ਕੋਣ ਇਸ ਪਾਸੇ ਇਸ ਤਰ੍ਹਾਂ ਬਣਾ ਸੀ ਇਹ 90 ਤੋਂ ਛੋਟਾ ਹੈ ਇਸ ਲਈ ਪਿਆਰੇ ਬੱਚਿਓ ਈੜੀ ਵਿਕਲਪ ਇਸ ਦਾ ਸਹੀ ਉੱਤਰ ਹੈ ਨਿਊਨ ਕੋਣ ਪਸੰਨ ਤੀਜਾ 1350 ਗ੍ਰਾਮ ਖੰਡ ਅਤੇ 750 ਗ੍ਰਾਮ ਆٹے ਦਾ ਕੁੱਲ ਭਾਰ ਕੀ ਹੋਵੇਗਾ ਚਾਰ ਵਿਕਲਪ ਇਸ ਦੇ ਦਿੱਤੇ ਹਨ ਅਸੀਂ ਦੇਖ ਲੈਣੇ ਆ ਪਿਆਰੇ ਬੱਚਿਓ 1350 ਅਤੇ 750 ਗ੍ਰਾਮ ਦਾ ਜੋੜ ਲਾ ਕੇ ਇਹ ਆ ਜਾਵੇਗਾ 2100 ਇਸ ਤੋਂ ਭਾਵ ਹੈ 2 ਕਿਲੋਗ੍ਰਾਮ ਤੇ 100 ਗ੍ਰਾਮ ਕੁੱਲ ਪਰ ਸਾਡਾ ਕਿੰਨਾ ਹੋਇਆ 2 ਕਿਲੋਗ੍ਰਾਮ 100 ਗ੍ਰਾਮ ਅਸੀਂ ਵਿਕਲਪ ਦੇਖ ਲੰਨੇ ਆ 1 ਕਿਲੋਗ੍ਰਾਮ ਦੇ ਬਰਾਬਰ ਨਹੀਂ ਬੱਚਿਓ 1 ਕਿਲੋਗ੍ਰਾਮ ਦੇ ਬਰਾਬਰ ਤਾਂ 1 ਕਿਲੋਗ੍ਰਾਮ ਹੀ ਹੋਵੇਗਾ ਤਾਂ ਇਹ ਹੈ ਸਾਡਾ 2 ਕਿਲੋਗ੍ਰਾਮ 100 ਗ੍ਰਾਮ 2 ਕਿਲੋਗ੍ਰam ਤੋਂ ਘੱਟ ਨਹੀਂ ਪਿਆਰੇ ਬੱਚਿਓ ਸਾਡੀ ਤਾਂ 2 ਕਿਲੋਗ੍ਰam ਤੋਂ ਵੀ 100 ਗ੍ਰam ਵੱਧ ਪਾਰ ਹੈ 2 ਕਿਲੋਗ੍ਰam ਦੇ ਬਰਾਬਰ ਇਹ ਵੀ ਨਹੀਂ ਹੈ 2 ਕਿਲੋਗ੍ਰam ਤੋਂ ਵੱਧ ਹਾਂ ਸੱਸਾ ਵਿਕਲਪ ਸਾਡਾ ਸਹੀ ਉੱਤਰ ਹੈ ਚੌਥਾ ਸਵਾਲ 10 ਤੋਂ ਅਗਲੀ ਤਿਕੋਣੀ ਸੰਖਿਆ ਕਿਹੜੀ ਹੋਵੇਗੀ ਚਾਰ ਵਿਕਲਪ ਵੀ ਇਹਦੇ ਸਾਨੂੰ ਦਿੱਤੇ ਹਨ 1 1 ਦੀ ਤਿਕੋਣ ਬਣਾ ਲਈ ਇਹਦੇ ਹੇਠਾਂ ਲੱਗੀਆਂ ਦੋ ਬਿੰਦੀਆਂ ਭਾਵੇਂ ਇਹਦੇ ਵਿੱਚ ਅਸੀਂ ਜੋੜੇ ਦੋ ਇਹ ਬਣ ਗਿਆ ਤਿੰਨ ਤੰਨ ਦੇ ਵਿੱਚ ਪਿਆਰੇ ਵਿੱਚ ਅਸੀਂ ਤਿੰਨ ਬਿੰਦੀਆਂ ਹੋਰ ਜੋੜ ਦਿੱਤੀਆਂ ਹਨ ਤੰਨ ਪਹਿਲਾਂ ਅਸੀਂ ਸੱਤ ਲਵੇ ਤੰਨ ਅਸੀਂ ਹੋਰ ਜੋੜ ਦਿੱਤੀਆਂ ਹਨ ਤਾਂ ਇਹ ਬਣ ਗਿਆ ਕੁੱਲ 6 6 ਦੇ ਵਿੱਚ ਪਿਆਰੇ ਵਿੱਚ ਅਸੀਂ 4 ਹੋਰ ਜੋੜ ਦਿੱਤੀਆਂ ਹਨ ਇਹ ਬਣ ਜਾਣਗੇ 10 10 ਦੇ ਵਿੱਚ ਅਸੀਂ ਜੋੜ ਦੇਣੀਆਂ ਹਨ 5 ਹੋਰ ਤਾਂ ਇਹ ਉੱਤਰ ਬਣ ਜਾਵੇਗਾ ਸ 15 ਹੀਠਾ ਦਿੱਤੀ ਸਾਰਣੀ ਅਨੁਸਾਰ ਆਵਾਜਾਈ ਦੇ ਕਿਹੜੇ ਸਾਧਨ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ ਇਹ ਸਾਰਣੀ ਸਾਨੂੰ ਦਿੱਤੀ ਹੈ ਜਿਦੇ ਵਿੱਚ ਪੈਦਲ ਚੱਲਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹੈ 125 ਸਾਈਕਲ ਤੇ 85 ਸਕੂਟਰ ਤੇ 48 ਤੇ ਮੋਟਰ ਗੱਡੀ ਤੇ 132 ਚਾਰ ਵਿਕਲਪ ਸਾਨੂੰ ਇਸ ਦੇ ਦਿੱਤੇ ਹਨ ਤਾਂ ਸਭ ਤੋਂ ਵੱਧ ਗਿਣਤੀ ਹੈ 132 132 ਹੈ ਮੋਟਰ ਗੱਡੀ ਦੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਵੱਧ ਆਵਾਜਾਈ ਦੇ ਸਾਧਨ ਦੀ ਵਰਤੋਂ 132 ਵਿਦਿਆਰਥੀਆਂ ਦੁਆਰਾ ਕੀਤੀ ਗਈ ਮੋਟਰ ਗੱਡੀ ਦੀ ਵਰਤੋਂ ਸਭ ਤੋਂ ਵੱਧ ਹੋ ਰਹੀ ਹੈ। ਹੁਣ ਸਾਡਾ ਵਿਸ਼ਾ ਹੈ ਵਾਤਾਵਰਣ ਸਿੱਖਿਆ। ਪਹਿਲਾ ਪ੍ਰਸ਼ਨ ਰੁੱਖਾਂ ਦਾ ਉਹਨਾਂ ਦੀ ਵਧਦੀ ਹੋਈ ਲੰਬਾਈ ਦੇ ਹਿਸਾਬ ਨਾਲ ਵਰਗੀਕਰਨ ਕੀਤਾ ਜਾ ਸਕਦਾ ਹੈ ਜਿਵੇਂ ਜੜੀ-ਬੂਟੀਆਂ, ਝਾੜੀਆਂ ਅਤੇ ਰੁੱਖ। ਇਨ੍ਹਾਂ ਦੇ ਨਾਲ ਜੁੜਿਆ ਹੋਇਆ ਕਿਹੜਾ ਵਾਕ ਠੀਕ ਹੈ? ਘਾਹ ਇੱਕ ਰੁੱਖ ਹੈ। ਨਹੀਂ ਬੱਚਿਓ, ਘਾਹ ਤਾਂ ਛੋਟਾ ਜਿਹਾ ਹੁੰਦਾ ਤੇ ਰੁੱਖ ਵੱਡਾ ਹੁੰਦਾ ਹੈ। ਪਤੰਨੇ ਦਾ ਪੌਦਾ ਇੱਕ ਝਾੜੀ ਹੈ। ਗੁਲਾਬ ਦਾ ਪੌਦਾ ਇੱਕ ਝਾੜੀ ਹੈ ਹਾਂ ਈੜੀ ਵਿਕਲਪ ਸਾਡਾ ਸਹੀ ਉੱਤਰ ਹੈ ਗੁਲਾਬ ਦਾ ਪੌਦਾ ਇੱਕ ਝਾੜੀ ਹੈ ਅੰਬ ਦਾ ਰੁੱਖ ਇੱਕ ਔਸ਼ਧੀ ਹੈ ਨਹੀਂ ਪਿਆਰੇ ਬੱਚਿਓ ਅੰਬ ਦਾ ਰੁੱਖ ਇੱਕ ਫਲ ਹੈ ਔਸ਼ਧੀ ਨਹੀਂ ਹੈ ਗੁਲਾਬ ਦਾ ਪੌਦਾ ਇੱਕ ਝਾੜੀ ਹੈ ਸਾਡਾ ਸਹੀ ਉੱਤਰ ਹੈ ਦੂਜਾ ਪ੍ਰਸ਼ਨ ਮੀਨਾ ਦਾ ਪਰਿਵਾਰਕ ਰੁੱਖੇ ਇੱਥਾਂ ਦਿਖਾਇਆ ਗਿਆ ਹੈ ਇਸ ਦੇ ਆਧਾਰ ਉੱਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਰਕੇਸ਼ ਦਾ ਵਿਆਹ ਹੋਇਆ ਉਸ ਦੇ ਘਰ ਇੱਕ ਪੁੱਤਰੀ ਪੈਦਾ ਹੋਈ ਦੀਨਾ ਨਾਤ ਦੇ ਨਾਲ ਪੁੱਤਰੀ ਦਾ ਕੀ ਸੰਬੰਧ ਹੋਵੇਗਾ ਚਾਰ ਵਿਕਲਪ ਹਨ ਅਸੀਂ ਦੇਖਿਆ ਪਿਆਰੇ ਬੱਚਿਓ ਦੀਨਾਨਾਥ ਦੇ ਪੁੱਤਰ ਦੇ ਘਰ ਪੁੱਤਰੀ ਤਾਂ ਦੀਨਾਨਾਥ ਦੇ ਪੁੱਤਰ ਦੀ ਪੁੱਤਰੀ ਤਾਂ ਦੀਨਾਨਾਥ ਨਾਲ ਸੰਬੰਧ ਹੋਏਗਾ ਪੋਤਰੀ ਦਾ ਕਿਉਂਕਿ ਇਹ ਹੋ ਗਈ ਪੁੱਤਰ ਦੀ ਪੁੱਤਰੀ ਪੁੱਤਰ ਦੀ ਪੁੱਤਰੀ ਨੂੰ ਅਸੀਂ ਪੋਤਰੀ ਕਹਿੰਦੇ ਹਾਂ ਦਿੱਤੇ ਟੇਬਲ ਨੂੰ ਦੇਖੋ ਇਹ ਪਟਨਾ ਵਿਖੇ ਸੂਰਜ ਦੇ ਉਦੇ ਹੋਣ ਅਤੇ ਅਸਤ ਹੋਣ ਦੇ ਸਮੇਂ ਨੂੰ ਦਰਸਾਉਂਦਾ ਹੈ ਤਾ ਪਿਆਰੀ ਬੱਚਿਓ ਉੱਪਰ ਦਿੱਤੀ ਸਾਰਣੀ ਦੇ ਅਨੁਸਾਰ ਕਿਸ ਤਰੀਕ ਨੂੰ ਸੂਰਜ ਸਭ ਤੋਂ ਪਹਿਲਾਂ ਉਦੇ ਹੋਵੇਗਾ ਅਸੀਂ ਪਹਿਲਾਂ ਉਦੇ ਹੋਣ ਵਾਲਾ ਸਾਰਣੀ ਵਾਲੇ ਪਾਸੇ ਦੇਖਣਾ ਹੈ ਤੇ ਸਭ ਤੋਂ ਘੱਟ ਸਮਾਂ ਦੇਖਣਾ ਹੈ 5:45 5:45 ਹੈ ਪਿਆਰੀ ਬੱਚਿਓ 10:6 ਨੂੰ ਤਾਂ ਸਾਡਾ 10:6 2016 ਹੈ ਉੜਾ ਵੀ ਕਲਪ 10:6 2016 ਨੂੰ ਸਭ ਤੋਂ ਪਹਿਲਾਂ ਸੂਰਜ ਉਦੇ ਹੋਵੇਗਾ ਚੌਥਾ ਪ੍ਰਸ਼ਨ ਇੱਥਾ ਦਿੱਤੇ ਗ੍ਰਾਫ ਨੂੰ ਦੇਖੋ ਸਾਲ 2006 ਤੋਂ 2016 ਦੇ ਦਰਮਿਆਨ ਕਿਹੜੇ ਦੋ ਬਾਲਣਾਂ ਦਾ ਪ੍ਰਯੋਗ ਵਧਿਆ ਹੈ ਚਾਰ ਵਿਕਲਪ ਸਾਨੂੰ ਦਿੱਤੇ ਹਨ ਪਿਆਰੇ ਬੱਚਿਓ ਤੁਸੀਂ ਦੇਖਿਆ ਲੱਕੜ ਬਿਜਲੀ ਲੱਕੜ ਤੇ ਬਿਜਲੀ ਜਿਨ੍ਹਾਂ ਦਾ ਪ੍ਰਯੋਗ ਸਭ ਤੋਂ ਵੱਧ ਹੋ ਰਿਹਾ ਹੈ ਤਾਂ ਸਾਡਾ ਉੱਤਰ ਹੋਇਆ ਬਿਜਲੀ ਅਤੇ ਲੱਕੜ ਸਸਾ ਵਿਕਲਪ ਇੱਥਾ ਦਿੱਤਾ ਚਿੱਤਰ ਵੇਖੋ ਚਿੱਤਰ ਵਿੱਚ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਊੜਾ ਊੜਾ ਵਿੱਚ ਹੈ ਬੀਜ ਪਾਣੀ ਵਿੱਚ ਆੜਾ ਆੜੇ ਵਿੱਚ ਬੀਜ ਥੋੜਾ ਜਿਹਾ ਪਾਣੀ ਵਿੱਚ ਤੇ ਈੜੀ ਬੀਜ ਹਵਾ ਵਿੱਚ ਕਿਹੜੇ ਬੀਜ ਦੀ ਅਵਸਥਾ ਉੱਗਣ ਲਈ ਠੀਕ ਹੈ ਪਿਆਰੀ ਬੱਚਿਓ ਸਾਨੂੰ ਪਤਾ ਹੈ ਬੀਜ ਨੂੰ ਉੱਗਣ ਲਈ ਹਵਾ ਪਾਣੀ ਮਿੱਟੀ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਤਾਂ ਇਹਨਾਂ ਦੇ ਵਿੱਚ ਜੋ ਥੋੜੀ ਬਹੁਤੀ ਅਵਸਥਾ ਠੀਕ ਲੱਗ ਰਹੀ ਹੈ ਉਹ ਆੜਾ ਵਿਕਲਪ ਦੀ ਲੱਗ ਰਹੀ ਹੈ ਕਿਉਂਕਿ ਇਹ ਪਾਣੀ ਦੇ ਵਿੱਚ ਵੀ ਹੈ ਤੇ ਹਵਾ ਦੇ ਵਿੱਚ ਵੀ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਆੜਾ ਵਿਕਲਪ ਸਾਡਾ ਸਹੀ ਉੱਤਰ ਹੈ। ਆਹ ਹੋਰ ਹਲਕੇ ਜੋਰ ਲਗਾਈਏ। ਨੰਬਰ 1 ਪੰਜਾਬ ਲਿਖਾਈਏ। ਪਿਆਰੇ ਬੱਚਿਓ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਪੂਰੇ ਜੋਰ ਸ਼ੋਰ ਨਾਲ ਨੈਸ 2021 ਦੀ ਤਿਆਰੀ ਕਰ ਰਹੇ ਹੋਵੋਗੇ। ਇਹ ਵੀਡੀਓ ਵੀ ਤੁਹਾਡੇ ਲਈ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ। ਬਹੁਤ-ਬਹੁਤ ਧੰਨਵਾਦ। ਸ਼ੁਕਰੀਆ।